ਅੱਜ ਤੁਹਾਨੂੰ ਇਹੋ ਜਿਹੇ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਹਨੇ ਪੰਜਾਬ ਦੇ ਵਿੱਚ, ਪੰਜਾਬ ਦੀ ਮਿੱਟੀ ਦੇ ਵਿੱਚ, ਆਪਣੇ ਖੇਤਾਂ ਦੇ ਵਿੱਚ ਵਿਦੇਸ਼ੀ ਫਲਾਂ ਦੀ ਖੇਤੀ ਕਰਨੀ ਸ਼ੁਰੂ ਕਰਤੀ। ਬਿਲਕੁਲ ਇਹੋ ਜਿਹੇ ਫਲ ਜਿਹੜੇ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਮਿਲਦੇ, ਕੇਰਲਾ ਜਾਂ ਬੰਬੇ ਦੀ ਮਾਰਕੀਟ ਦੇ ਵਿੱਚ ਸਿਰਫ ਉਹ ਫਲ ਮਿਲਦੇ ਨੇ, ਉਹ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਉਹ ਜਿਹੜੇ ਫਲ ਨੇ ਨੌਜਵਾਨ ਨੇ ਆਪਣੇ ਖੇਤਾਂ ਦੇ ਵਿੱਚ ਉਗਾ ਰੱਖੇ ਨੇ। ਇਹ ਤਸਵੀਰਾਂ ਤੁਹਾਨੂੰ ਲੋਗਨ ਫਲ ਦੀਆਂ ਦਿਖਾ ਰਹੇ ਹਾਂ, ਦੇਖ ਸਕਦੇ ਹੋ। ਦੇਖਣ ਨੂੰ ਤੁਹਾਨੂੰ ਇਹ ਜਿਹੜਾ ਹੈਗਾ ਫਲ ਲੀਚੀ ਦੇ ਵਾਂਗ ਜਾਪੂਗਾ, ਤਾਂ ਇਹ ਵਿਦੇਸ਼ੀ ਫਲ ਆ ਜਿਹਦੀ ਕੀਮਤ ਤਕਰੀਬਨ 400 ਤੋਂ ਲੈ ਕੇ 500 ਰੁਪਏ ਕਿਲੋ ਆ। ਇਹ ਫਲ ਅਤੇ ਹੋਰ ਕਾਫੀ ਵਿਦੇਸ਼ੀ ਫਲ ਇਹ ਨੌਜਵਾਨ ਭਰਾ ਨੇ ਆਪਣੇ ਖੇਤਾਂ ਦੇ ਵਿੱਚ ਉਗਾਏ ਨੇ। ਬਾਈ ਜੀ, ਨਾਮ ਕੀ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਸਿਮਰਨ ਸਿੰਘ ਆ ਜੀ। ਗੁਰਸਿਮਰਨ, ਲੋਕ ਵਿਦੇਸ਼ਾਂ 'ਚ ਜਾਂਦੇ ਨੇ ਪੜ੍ਹਾਈ ਲਿਖਾਈ ਕਰਦੇ ਨੇ, ਆਪਣਾ ਘਰ ਪਰਿਵਾਰ ਬੱਚੇ ਮਾਂ ਬਾਪ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਗੋਰਿਆਂ ਦੇ ਖੇਤਾਂ 'ਚ ਇਹ ਜਿਹੜੇ ਫਲ ਨੇ ਤੋੜਦੇ ਨੇ। ਤੁਸੀਂ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਖੇਤ ਦੇ ਵਿੱਚ ਇਹ ਫਲ ਕਿਵੇਂ ਉਗਾ ਲਏ ਸਾਰੇ ਜਿਹੜੇ ਵਿਦੇਸ਼ੀ ਨੇ? ਬਾਈ ਜੀ, ਮੇਰੀ ਫੈਮਿਲੀ ਵੀ ਬਾਹਰ ਆ ਜੀ, ਅਤੇ ਉਹਨਾਂ 'ਚੋਂ ਮੇਰੇ ਕਜ਼ਨ ਨੇ ਜਿਹੜੇ ਉਹ ਕਹਿੰਦੇ ਸੀ ਵੀ ਤੁਸੀਂ ਐਵੋਕਾਡੋ ਲਾਓ ਜਾਂ ਇਹ ਲਾਓ, ਵੀ ਇੱਕ ਵਾਰ ਟਰਾਇਲ ਕਰਕੇ ਦੇਖੋ। ਕੁਛ ਮੈਨੂੰ ਪਹਿਲਾਂ ਸ਼ੌਕ ਸੀ, ਉਹ ਸ਼ੌਕ ਦੀ ਬਦੌਲਤ ਮੈਂ ਇਹਨਾਂ ਫਰੂਟਸ ਵੱਲ ਅਟਰੈਕਟਿਵ ਹੋਇਆ, ਅਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਅਵੇਲੇਬਲ ਹੋ ਜਾਣਗੇ, ਤਾਂ ਕੇਰਲਾ ਸਾਈਡ ਤੋਂ ਕੁਛ ਮੇਰੀਆਂ ਨਰਸਰੀਆਂ ਦੇ ਵਿੱਚ ਇੱਥੇ ਮਿਲੇ ਕੋਲੇ, ਬਹੁਤ ਪਿਆਰ ਆ ਜੀ ਸਾਰੀਆਂ ਨਰਸਰੀ ਵਾਲਿਆਂ ਨਾਲ, ਅਤੇ ਉਹਨਾਂ ਨੇ ਫਿਰ ਮੈਨੂੰ ਇਹ ਬੂਟੇ ਅਵੇਲੇਬਲ ਕਰਵਾ ਕੇ ਦਿੱਤੇ। ਜਦੋਂ ਉਹ ਬੂਟੇ ਅਵੇਲੇਬਲ ਹੋ ਗਏ ਤਾਂ ਉਹਨਾਂ ਦਾ ਰਿਜ਼ਲਟ ਵੀ ਆਉਣਾ ਸ਼ੁਰੂ ਹੋ ਗਿਆ ਜੀ। ਕਿੰਨੇ ਕੁ ਤਰੀਕੇ ਦੇ ਵਿਦੇਸ਼ੀ ਫਲ ਨੇ ਜਿਹੜੇ ਤੁਸੀਂ ਲਗਾਏ ਹੋਏ ਨੇ ਇੱਥੇ? ਇੱਥੇ ਇਸ ਟਾਈਮ 15 ਤੋਂ 20 ਪ੍ਰਕਾਰ ਦੇ ਵਿਦੇਸ਼ੀ ਫਲ ਨੇ ਜੀ, ਜਿਹੜੇ ਪੰਜਾਬ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਣਗੇ ਜੀ, ਉਹ ਲਾਏ ਹੋਏ ਨੇ ਜੀ। ਕਿੰਨੇ ਖੇਤ 'ਚ? ਇਹ 4 ਏਕੜ ਦਾ ਫਾਰਮ ਆ ਜੀ, ਇਹ 'ਚ ਅੱਡੋ ਅੱਡ ਚੀਜ਼ਾਂ ਆਪਾਂ ਨੇ ਲਾਈਆਂ ਹੋਈਆਂ ਨੇ ਜੀ। ਪਹਿਲਾਂ ਆਹ ਜ਼ਰੂਰ ਦਿਖਾਓ, ਥੋੜ੍ਹਾ ਨਜ਼ਦੀਕ ਤੋਂ ਆ ਕੇ ਆਪਾਂ ਪਹਿਲਾਂ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਕਿ ਜਿਹੜਾ ਇਹ ਫਲ ਹੈਗਾ, ਇਹ ਫਲ ਤਾਂ ਦੇਖਣ ਨੂੰ ਲੀਚੀ ਵਾਂਗ ਲੱਗ ਰਿਹਾ ਬਾਹਰੋਂ, ਅੰਦਰੋਂ ਵੀ ਤੋੜ ਕੇ ਦਿਖਾਉਣਾ ਚਾਹੋ ਵੀ ਮਾੜਾ ਜਿਹਾ ਹੈ ਕੀ ਅਸਲ 'ਚ ਇਹ? ਇਹ ਬਿਲਕੁਲ ਲੀਚੀ ਦਾ ਸਬਸਟੀਟਿਊਟ ਆ ਜੀ, ਲੀਚੀ ਦੇ ਭਾਈ ਭੈਣ ਆਪਾਂ ਕਹਿ ਸਕਦੇ ਹਾਂ ਜੀ ਇਹਨੂੰ। ਇਹ ਤੁਸੀਂ ਦੇਖ ਸਕਦੇ ਹੋ, ਲੀਚੀ ਵਾਂਗ ਇਹਦੀ ਛਿਲਕਾ ਉਤਰਦਾ ਜੀ ਉੱਤੋਂ, ਅਤੇ ਲੀਚੀ ਵਾਂਗ ਇਹਦੇ ਵਿੱਚ ਸਿਰਫ ਇੱਕ ਸੀਡ ਹੁੰਦਾ ਜੀ, ਅਤੇ ਲੀਚੀ ਪਲਪ ਬਹੁਤ ਜ਼ਿਆਦਾ ਆ, ਪਲਪ ਬਹੁਤ ਜ਼ਿਆਦਾ ਆ ਜੀ, ਲੀਚੀ ਨਾਲੋਂ ਸੀਡ ਛੋਟਾ ਜੀ। ਆਹ ਦੇਖੋ ਤੁਸੀਂ, ਲੀਚੀ ਦੇ ਸੀਡ ਦਾ ਅਤੇ ਇਹਦੀ ਸੀਡ ਦੀ ਆਪਾਂ ਤੁਲਨਾ ਨਹੀਂ ਕਰ ਸਕਦੇ। ਇੱਕ ਇਹਦਾ ਟਾਈਮਿੰਗ ਬਹੁਤ ਵੱਖਰੀ ਆ ਜੀ, ਲੀਚੀ ਨੂੰ ਮੁੱਕੀ ਨੂੰ 1.5 ਮਹੀਨਾ ਹੋ ਚੁੱਕਿਆ ਜੀ ਮਾਰਕੀਟ ਦੇ ਵਿੱਚ, ਇਹ ਹੁਣ ਲੀਚੀ ਦੇ ਨਾਲੋਂ ਵਧੀਆ ਅਤੇ ਇੱਕ ਤਾਂ ਮਿੱਠਾ ਜ਼ਿਆਦਾ ਆ ਜੀ, ਇੱਕ ਦੂਸਰਾ ਇਹਦੇ 'ਚ ਪਲਪ ਜ਼ਿਆਦਾ ਆ, ਅਤੇ ਇਸ ਕਰਕੇ ਇਹਦਾ ਰੇਟ ਵੀ ਜ਼ਿਆਦਾ ਆ, ਕਿਉਂਕਿ ਹੁਣ ਪਹਿਲਾਂ ਮੈਨੂੰ ਮਾਰਕੀਟ ਦਾ ਇਹਦਾ ਰੇਟ ਦਾ ਨਹੀਂ ਸੀ ਪਤਾ, ਜਦੋਂ ਹੁਣ ਮੈਂ ਸਰਚ ਕੀਤੀ ਤਾਂ ਬੰਬੇ, ਗੋਆ ਜਾਂ ਕੇਰਲਾ 'ਚ ਮਿਲ ਰਿਹਾ ਜੀ ਇਹ, ਲਗਭਗ 500 ਦੇ ਅਟੇ ਸਟੇ, 600 ਦੇ ਅਟੇ ਸਟੇ ਮਾਰਕੀਟ 'ਚ ਮਿਲਦਾ ਜੀ ਇਹ। ਇਹ ਫਰੂਟ ਲੀਚੀ ਤੋਂ ਛੋਟਾ ਪਰ 500-600 ਰੁਪਏ ਤੱਕ ਜਿਵੇਂ ਦੱਸ ਰਹੇ ਨੇ ਭਾਈ ਸਾਹਿਬ ਵਿਕਦਾ ਵਿਦੇਸ਼ੀ ਫਲ ਆ, ਇਹ ਪੰਜਾਬ ਦੇ ਵਾਤਾਵਰਨ 'ਚ ਤੁਸੀਂ ਕਿਵੇਂ ਉਗਾ ਲਿਆ ਪੰਜਾਬ ਦੀ ਮਿੱਟੀ? ਬਾਈ ਜੀ, ਪਹਿਲਾਂ ਤਾਂ ਇਸ ਬਾਰੇ ਪਤਾ ਕੀਤਾ ਜੀ, ਮੈਂ ਰਿਸਰਚ ਕੀਤੀ ਵੀ ਇਹਦਾ ਲੈਗੀਟਿਊਡ ਕੀ ਹੈ, ਇਹਦਾ ਐਟੀਟਿਊਡ ਕੀ ਹੋਊਗਾ, ਇਹ ਆਪਣੀ ਧਰਤੀ 'ਚ ਹੋ ਸਕਦਾ, ਠੰਡ ਇਹਨੂੰ ਕਿੰਨੀ ਚਾਹੀਦੀ ਆ, ਗਰਮੀ ਇਹਨੂੰ। ਜਦੋਂ ਮੈਨੂੰ ਯਕੀਨ ਹੋ ਗਿਆ ਜੀ, ਅਤੇ ਇੱਕ ਫਿਰ ਮੇਰੇ ਦੋਸਤ ਨੇ ਜੀ ਹੁਣ ਸ਼ਰਨਵੀਰ ਨੇ ਜੀ, ਉਹਨਾਂ ਨੇ ਫਿਰ ਮੈਨੂੰ ਇਸ ਬਾਰੇ ਦੱਸਿਆ ਵੀ ਇਹ ਆਪਣੇ ਹੋ ਸਕਦਾ, ਕਿਉਂਕਿ ਉਹ ਵੀ ਇਸ ਚੰਗੀ ਪੜ੍ਹਾਈ ਕਰ ਚੁੱਕੇ ਨੇ ਜੀ, MSA ਐਗਰੀਕਲਚਰ ਨੇ, ਅਤੇ ਉਹਨਾਂ ਨੇ ਜਦੋਂ ਦੱਸਿਆ ਫਿਰ ਮੈਨੂੰ ਕੌਨਫੀਡੈਂਸ ਹੋ ਗਿਆ, ਫਿਰ ਇਹਦੇ ਬੂਟੇ ਮੈਂ ਮੰਗਵਾਏ ਪਹਿਲੀ ਵਾਰ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਮੰਗਵਾਉਂਦੇ ਹਾਂ ਬੂਟੇ ਬੜੇ ਮਹਿੰਗੇ ਪਏ ਜੀ ਮੈਨੂੰ, ਅਤੇ 35-35 ਸੌ ਦਾ ਬੂਟਾ ਮਿਲਿਆ, ਜਿਹੜਾ ਫਲ ਖਾ ਰਹੇ ਹਾਂ ਜੀ ਇਹ 3500 ਦਾ ਬੂਟਾ ਪਿਆ ਸੀ ਜੀ ਆਪਾਂ ਨੂੰ। ਟੇਸਟ ਲੀਚੀ ਅਤੇ ਨਾਰੀਅਲ ਦਾ ਥੋੜ੍ਹਾ ਜਿਹਾ ਆ ਰਿਹਾ, ਨਾਰੀਅਲ ਦਾ ਥੋੜ੍ਹਾ ਜਿਹਾ ਕੰਬੀਨੇਸ਼ਨ ਹੈ ਜੀ ਇਹ, ਨਾਰੀਅਲ ਅਤੇ ਲੀਚੀ ਦਾ ਜੀ, ਅਤੇ ਬੜਾ ਵਧੀਆ ਮਿੱਠਾ ਫਰੂਟ। 3500 ਰੁਪਏ ਦਾ ਲੈ ਕੇ ਆਏ ਹਾਂ, ਪਰ ਹੁਣ ਕਮਾਈ ਦੱਸੋ ਥੋੜ੍ਹੀ ਜਿਹੀ ਮੈਨੂੰ, ਕਿਉਂਕਿ ਹੁਣ ਇਸ ਵਾਰ ਜਿਵੇਂ ਤੁਹਾਡਾ ਪੱਤਿਆਂ ਤੋਂ ਜ਼ਿਆਦਾ ਸਾਨੂੰ ਫਲ ਦਿਖਾਈ ਦੇ ਰਹੇ ਨੇ। ਹਾਂਜੀ, ਇਹ ਇਸ ਵਾਰ ਆਪਾਂ ਇਹ ਸੋਚ ਰਹੇ ਹਾਂ ਵੀ ਲਗਭਗ ਆਪਾਂ ਨੂੰ 15 ਕੁ ਕਿਲੋ ਫਲ ਦਿੱਤਾ ਜੀ ਇਹਨੇ, ਅਤੇ ਜੇ ਆਪਾਂ ਔਸਤ ਮੰਨ ਕੇ ਚੱਲੀਏ ਵੀ ਆਪਾਂ ਹੋਲਸੇਲ 'ਚ ਵੀ 200-300 ਰੁਪਏ ਮੰਨ ਕੇ ਚੱਲੀਏ ਤਾਂ ਆਪਦੇ ਪੈਸੇ ਤਾਂ ਪੂਰੇ ਕਰ ਹੀ ਜਾਊਗਾ ਜੀ। ਇੱਕ ਇਹ ਵੀ ਦਿਖਾਉਣਾ ਚਾਹਾਂਗੇ, ਇਹ ਜਿਹੜਾ ਫਲ ਆ
ਐਵਾਕਾਡੋ ਤੁਸੀਂ ਕਹਿ ਰਹੇ ਹੋ ਵਿਦੇਸ਼ੀ ਫਲ ਆ ਨਾ, ਇਹ ਤਾਂ ਕਹਿੰਦੇ ਪੰਜਾਬ 'ਚ ਹੋ ਹੀ ਨਹੀਂ ਸਕਦਾ, ਤੁਸੀਂ ਤਾਂ ਇਹਦੇ ਪਰ ਫਲ ਵੀ ਆਉਣ ਲਾ ਲਏ। ਹਾਂਜੀ ਬਾਈ ਜੀ, ਤੁਹਾਡੇ ਸਾਹਮਣੇ ਆ ਜੀ, ਇਹ ਤਕਰੀਬਨ 4 ਤੋਂ 5 ਕੁ ਸਾਲ ਦੇ ਬੂਟੇ ਨੇ ਜੀ, 5 ਸਾਲ ਦੇ ਬੂਟਿਆਂ ਦੀ ਹਾਈਟ 15+ ਆ ਜੀ, 15 ਫੁੱਟ+ ਆ ਜੀ, ਅਤੇ ਫਰੂਟ ਆ ਚੁੱਕੇ ਆ ਜੀ ਇਹਨਾਂ 'ਤੇ, ਇਹ ਸੀਡਲਿੰਗ ਦੇ ਨੇ ਜੀ। ਜਦੋਂ ਆਪਣੇ ਕੋਲ ਗ੍ਰਾਫਟਡ ਬੂਟੇ ਚੱਲ ਪਏ ਉਹ 3 ਤੋਂ 4 ਸਾਲ ਨੂੰ ਫਲ ਦੇਣ ਲੱਗ ਜਾਣ। ਇਹਦੀ ਕਮਾਈ ਤੁਸੀਂ ਉਹ ਤੋਂ ਵੀ ਜ਼ਿਆਦਾ ਦੱਸੀ ਹੈ ਵੀ, ਉਹ ਤੋਂ ਵੀ ਜ਼ਿਆਦਾ ਰੇਟ ਆ? ਹਾਂਜੀ, ਇਹ ਪਰ ਪੀਸ ਹੁਣ 150 ਰੁਪਏ ਕਿਲੋ, 150 ਰੁਪਏ ਪੀਸ, ਪੀਸ ਦੇ ਹਿਸਾਬ ਨਾਲ 300 ਗ੍ਰਾਮ ਦਾ ਦਾਣਾ ਹੁੰਦਾ ਜੀ, ਉਹ 150 ਦਾ ਮਿਲਦਾ ਜੀ, 500 ਰੁਪਏ 600 ਰੁਪਏ ਕਿਲੋ ਮਿਲ ਰਿਹਾ ਜੀ। ਡਾਕਟਰ ਵੀ ਕਹਿੰਦੇ ਨੇ, ਕਹਿੰਦੇ ਖਾਓ ਇਹਨੂੰ, ਕਾਫੀ ਲੋਕ ਮਹਿੰਗਾ ਖਰੀਦਦੇ ਨੇ ਬਿਮਾਰੀਆਂ 'ਚ। ਕੈਂਸਰ ਕਿਓਰ ਕਰਦਾ ਜੀ, ਇਹਦੇ 'ਚ ਕਲੈਸਟਰੋਲ ਹੁੰਦਾ ਜੀ, ਜਿਹੜਾ ਬੈਡ ਕਲੈਸਟਰੋਲ ਨੂੰ ਖਤਮ ਕਰਦਾ, ਜਿਹਨੂੰ ਕਲੈਸਟਰੋਲ ਦੀ ਸਮੱਸਿਆ ਹੁੰਦੀ ਆ ਉਹ ਖਤਮ ਕਰਦਾ। ਕਈ ਇਹੋ ਜਿਹੇ ਗੁਣ ਨੇ ਜੀ ਇਹ 'ਚ ਜਿਹੜੇ ਪਾਏ ਜਾਂਦੇ ਨੇ ਵੀ ਜਿਹੜੇ ਆਪਣੇ ਬੋਡੀ ਦੇ ਵਿੱਚ ਕੈਂਸਰ ਦੇ ਜਿਹੜੇ ਸੈੱਲ ਨੇ ਉਹਨਾਂ ਨੂੰ ਖਤਮ ਕਰਦਾ, ਅਤੇ ਐਨਰਜੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਹ ਫਰੂਟ 'ਚ, ਐਨਰਜੀ ਦਿੰਦਾ ਜੀ। ਕੈਂਸਰ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਡਾਕਟਰ ਤਾਂ ਰੈਕਮੈਂਡ ਕਰਦੇ, ਉਹਨਾਂ ਦੇ ਐਨਰਜੀ ਲੈਵਲ ਬਹੁਤ ਡਾਊਨ ਹੋ ਜਾਂਦੇ ਆ ਜੀ, ਇਹ ਤਾਂ ਹੀ ਰੈਕਮੈਂਡ ਕੀਤਾ ਜਾਂਦਾ ਵੀ ਐਨਰਜੀ ਬੂਸਟ ਹੋਵੇ, ਥੋੜ੍ਹੀ ਜਿਹੀ ਸਰੀਰ 'ਚ ਤਾਕਤ ਪਵੇ ਜੀ। ਜਿਮ ਵਾਲੇ ਨੇ ਜਿੰਨੇ ਚੰਡੀਗੜ੍ਹ ਜਾਂ ਦਿੱਲੀ ਵਗੈਰਾ, ਉਹ ਬੜੇ ਖਾ ਕੇ ਖੁਸ਼ ਨੇ ਜੀ ਇਹਨੂੰ। 4 ਏਕੜ ਜ਼ਮੀਨ ਤੁਸੀਂ ਦੱਸ ਰਹੇ ਹੋ, ਅਗਰ 4 ਏਕੜ ਦੀ ਆਪਾਂ ਨੋਰਮਲ ਕਿਸਾਨਾਂ ਦੀ ਗੱਲ ਕਰੀਏ, ਕਣਕ ਝੋਨਾ ਰੈਗੂਲਰ ਆਪਾਂ ਇੱਕੋ ਫਸਲ ਕਮਾਈ ਜਾਂਦੇ ਹਾਂ, 10,000 ਰੁਪਇਆ ਛਮਾਹੀ ਲਾ ਕੇ 4 ਤੋਂ ਲੈ ਕੇ 5 ਲੱਖ ਰੁਪਇਆ ਕਮਾਈ ਹੁੰਦੀ ਆ, ਤੁਹਾਡੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਫਰੂਟ ਜਿਹੜੇ ਹੈਗੇ ਨੇ ਉਹ 5 ਲੱਖ ਸਾਲਾਨਾ ਉਹਨਾਂ ਦੀ, ਤੁਹਾਡੇ ਫਰੂਟ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਵਧੀਆ ਰੇਟ ਵਿਕਣਗੇ, ਜਿਵੇਂ ਲੋਕਾਂ ਤੁਹਾਡਾ ਹੁਣ ਭਰਿਆ ਪਿਆ 400 ਰੁਪਏ ਕਿਲੋ, ਤੁਸੀਂ ਕਮਾਈ ਕਿੰਨੀ ਕਰ ਲਓਗੇ ਫਿਰ 4 ਏਕੜ ਦੇ ਵਿੱਚੋਂ ਇੱਕ ਸਾਲ ਦੇ ਵਿੱਚ? ਬਾਗਾਂ ਦਾ ਮੈਂ ਕੰਮ ਕਰ ਰਿਹਾ ਜੀ, ਜਿਹੜੇ ਦੋਸਤਾਂ ਦੇ ਮੈਂ ਬਾਗ ਲਗਵਾ ਰਿਹਾ ਜੀ, ਕਿਸੇ ਦੀ ਲੈਂਡਸਕੇਪਿੰਗ ਕਰਦੇ ਹਾਂ, ਕਿਸੇ ਦਾ ਬਾਗ ਲਗਾਉਂਦੇ ਹਾਂ ਜੀ, ਉੱਥੇ ਸਾਨੂੰ ਦੇਖਣ ਨੂੰ ਇਹ ਮਿਲਿਆ ਵੀ ਅਮਰੂਦ 1.5 ਤੋਂ 2 ਲੱਖ ਰੁਪਇਆ 1 ਏਕੜ ਦਾ, ਨਾਸ਼ਪਾਤੀ 3 ਲੱਖ ਰੁਪਇਆ 1 ਏਕੜ ਦਾ, ਜੇ ਜਾਮਣ ਆ ਕਿਸੇ ਕੋਲ ਪੂਰੀ 1 ਏਕੜ, ਜਿੰਨੇ ਦਰਖਤ ਨੇ ਮੰਨ ਲਓ 100 ਦਰਖਤ ਆ, ਤਾਂ ਉਹ ਉਦੋਂ ਕਿਤੇ ਵੱਧ ਆਮਦਨ ਲੈਂਦੇ ਨੇ, ਅਤੇ ਮੇਰੇ ਹਿਸਾਬ ਨਾਲ ਮੈਂ ਇਸ 4 ਏਕੜ ਦੇ ਫਾਰਮ 'ਚੋਂ ਤਕਰੀਬਨ 8-10 ਲੱਖ ਰੁਪਇਆ ਇਨਕਮ ਜਨਰੇਟ ਕਰ ਲੂੰਗਾ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਫਰੂਟ ਪੂਰਾ ਫੁੱਲ ਵਿਕੂਗਾ ਫਿਰ ਤਾਂ ਹੋਰ ਵੀ ਜ਼ਿਆਦਾ ਕਮਾਈ, ਫਿਰ ਤਾਂ ਹੋਰ ਵੀ ਜ਼ਿਆਦਾ ਬਚੂਗੀ ਜੀ, ਆਉਣ ਵਾਲੇ 2-3 ਸਾਲਾਂ ਦੇ ਵਿੱਚ ਇੰਨੀ ਕੁ ਆਪਾਂ ਇਨਕਮ ਨੂੰ ਹੱਥ ਲਾਉਣ ਦਾ ਸੋਚ ਰਹੇ ਹਾਂ। ਲੋਕਾਂ 'ਤੇ ਐਵਾਕਾਡੋ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਫਲ ਨੇ? ਮੈਂ ਸਿਰਫ ਹਜੇ ਤੱਕ ਦੋਨਾਂ ਦੀ ਚਰਚਾ ਕਰੀ ਆ, ਹੋਰ ਕਿਹੜੀਆਂ ਕਿਹੜੀਆਂ ਕਿਸਮਾਂ ਤੁਸੀਂ ਲਾਈਆਂ ਹੋਈਆਂ ਨੇ ਇੱਥੇ? ਬਾਈ ਜੀ ਪੇਕਨ ਆ ਜੀ, ਗੋਜ਼ੀ ਬੇਰੀ ਆ ਜੀ, ਅਤੇ ਉਹ ਕਾਫੀ ਜਿਵੇਂ ਕੌਫੀ ਦੇ ਪਲਾਂਟ 'ਤੇ ਟਰਾਇਲ ਚੱਲ ਰਿਹਾ ਜੀ ਇੱਕ। ਕੌਫੀ ਵੀ ਪੰਜਾਬ 'ਚ? ਬਾਈ ਜੀ ਉਹਨੂੰ ਥੋੜ੍ਹਾ ਜਿਹਾ ਐਟਮੋਸਫੀਅਰ ਦੇਣਾ ਪੈਂਦਾ ਜੀ, ਉਹ ਆਪਾਂ ਲੱਗੇ ਹੋਏ ਹਾਂ ਜੀ ਉਹਨੂੰ ਤਿਆਰ ਕਰਨ ਜੀ, ਔਰ ਸਿਆਲ ਇੱਕ ਕੱਟ ਗਈ ਜੀ, ਇੱਕ ਗਰਮੀ ਕੱਟ ਗਈ ਆ, ਹੁਣ 1-2 ਸਾਲਾਂ ਦੇ ਵਿੱਚ ਉਹ ਆਪਾਂ ਨੂੰ ਫਰੂਟ ਵੀ ਦੇਣ 'ਤੇ ਆਜੂਗੀ ਜੀ। ਇਹ ਚੀਜ਼ ਦਾ ਮਿਹਨਤ ਕਿਵੇਂ? ਕਹਿੰਦੇ ਪੰਜਾਬ ਦੀ ਮਿੱਟੀ ਦੇ ਵਿੱਚ ਤਾਂ ਹੋ ਹੀ ਨਹੀਂ ਸਕਦੇ ਇਹ ਫਰੂਟ, ਸਾਰੇ ਵਿਦੇਸ਼ੀ ਨੇ, ਜਿਵੇਂ ਤੁਸੀਂ ਆਹ ਉਰੇ ਬੈਂਬੂ ਲਗਾਈ ਬੈਠੇ ਹੋ ਹੈ ਨਾ, ਇਹ ਵੀ ਪਹਾੜਾਂ ਦੇ ਵਿੱਚ ਦੇਖਦੇ ਹਾਂ, ਤਾਂ ਇਹ ਇਹ ਤੁਸੀਂ ਕਿਵੇਂ, ਤੁਹਾਡੀ ਮਿਹਨਤ ਆ ਜਾਂ ਕਿਤਨਾ ਕਿਤੇ ਮਿੱਟੀ ਦੀ ਵੀ ਤਾਕਤ ਹੈਗੀ ਹੈ? ਮਿੱਟੀ ਪੰਜਾਬ ਦੀ ਮਿੱਟੀ 'ਚ ਤਾਂ ਜੀ ਬਜ਼ੁਰਗ ਕਹਿੰਦੇ ਹੁੰਦੇ ਨੇ, ਮੇਰੇ ਦਾਦਾ ਜੀ ਹਰ ਆਮ ਗੱਲ 'ਤੇ ਮੈਨੂੰ ਕਹਿ ਦਿੰਦੇ ਹੁੰਦੇ ਸੀ ਵੀ ਪੰਜਾਬ 'ਚ ਮਿੱਟੀ 'ਚ ਤਾਂ ਬੰਦਾ ਮਾਰ ਕੇ ਦੱਬ ਦਿਉ ਨਾ, ਉਹ ਵੀ ਹਰਾ ਹੋ ਜੂ। ਆਮ ਕੌਮਨ ਇਹ ਬਜ਼ੁਰਗ ਕਹਿੰਦੇ ਹੁੰਦੇ, ਮਿਹਨਤ ਕਰੇ ਬੰਦਾ ਮਿਹਨਤ ਕਰੇ, ਅਤੇ ਮੈਂ ਇਸ ਧਰਤੀ ਦੇ ਵਿੱਚ ਜੋ ਤੁਸੀਂ ਸੋਚ ਸਕਦੇ ਹੋ ਫਰੂਟ, ਜੋ ਆਪਾਂ ਨੇ ਦੇਖਿਆ ਹੋਊਗਾ ਇੱਕ ਆਪਣੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਦੇਖਿਆ, ਉਹ ਇਹ ਧਰਤੀ 'ਚ ਲਾ ਕੇ ਦੇਖਿਆ ਔਰ 100% ਕਾਮਯਾਬ ਹੋਇਆ। ਮੇਨਟੇਨ ਕਿਵੇਂ ਕਰਦੇ ਹੋ ਵਾਤਾਵਰਨ, ਕਿਉਂਕਿ ਕਦੇ ਗਰਮੀ ਹੁੰਦੀ ਹੈ ਕਦੇ ਸਰਦੀ ਹੁੰਦੀ ਹੈ? ਜਿਹੜੇ ਬੂਟੇ ਮਰਦੇ ਆ ਉਹ ਸਿਰਫ ਵਾਤਾਵਰਨ ਕਰਕੇ ਮਰਦੇ ਆ, ਜੇ ਹੁਣ ਆਪਾਂ ਗੱਲ ਕਰੀਏ ਵੀ ਨਾਰੀਅਲ ਦੀ, ਨਾਰੀਅਲ ਆਪਣਾ ਸਰਦੀ 'ਚ ਆ ਕੇ ਮਰ ਜਾਂਦਾ, ਮੈਂਗੋ ਸਟੇਨ ਫਰੂਟ ਆ ਜੀ ਬਹੁਤ ਡਿਮਾਂਡ ਆ, ਉਹ ਸਰਦੀ 'ਚ ਆ ਕੇ ਮਰ ਜਾਂਦਾ, ਇਹੋ ਜਿਹੇ ਕਈ ਫਲ ਨੇ ਜੀ ਜਿਹੜੇ ਲਾਏ ਜੀ ਔਰ ਆ ਕੇ ਸਰਦੀ 'ਚ ਮਰ ਗਏ ਜੀ ਉਹ, ਅਤੇ ਕਈ ਫਲ ਨੇ ਜਿਹੜੇ ਚੱਲ ਪਏ ਜਿਨ੍ਹਾਂ ਨੂੰ ਮੌਸਮ ਦਾ ਕੋਈ ਉਹ ਨਹੀਂ ਹੁੰਦਾ ਜੀ।
ਤਾਂ ਕਾਫੀ ਤਰੀਕੇ ਦੇ ਜਿਹੜੇ ਫਲ ਨੇ ਫਰੂਟ ਨੇ ਤੁਸੀਂ ਲਗਾਈ ਬੈਠੇ ਹੋ, ਰੁਜ਼ਗਾਰ ਕਿੰਨੇ ਕੁ ਬੰਦਿਆਂ ਨੂੰ ਦੇ ਰਹੇ ਹੋ ਨਾਲ ਨਾਲ? ਤੁਹਾਡੇ ਤਾਂ ਬੰਦੇ ਕੰਮ ਬਹੁਤ ਕਰ ਰਹੇ ਨੇ। ਹਾਂਜੀ, ਰੁਜ਼ਗਾਰ ਜੀ 7-8 ਬੰਦੇ ਇਸ ਫਾਰਮ ਦੇ ਵਿੱਚ ਕਰ ਰਹੇ ਆ ਜੀ ਕੰਮ, ਉਹ ਚੱਲੀ ਜਾ ਰਿਹਾ ਜੀ ਉਹਨਾਂ ਦਾ। ਵੱਡੀ ਖੇਤੀ ਦਾ ਖੇਤੀ ਕਮਾਈ ਅਲੱਗ ਜਗ੍ਹਾ, ਇੱਥੇ ਆ ਕੇ ਮਨ ਵੀ ਸਾਡਾ ਪੂਰਾ ਲੱਗਦਾ। ਤੁਸੀਂ ਜੰਗਲ ਬਣਾ ਰੱਖਿਆ ਪੂਰਾ, ਐਨ ਆਕਸੀਜਨ ਦੀ ਪੂਰੀ ਫੁੱਲ ਭਰਮਾਰ ਆ। ਹਾਂਜੀ ਬਾਈ ਜੀ, ਮੈਂ ਔਰਗੈਨਿਕ ਕਰਨ ਕਰਕੇ ਜੀ ਕੋਈ ਕੱਖਾਂ ਵਾਲੀ ਸਪਰੇਅ ਜਾਂ ਕੋਈ ਪੈਸਟੀਸਾਈਡ ਇਨਸੈਕਟੀਸਾਈਡ ਨਹੀਂ ਵਰਤਦਾ ਜੀ, ਇਸ ਕਰਕੇ ਕੱਖਾਂ ਦਾ ਜ਼ਰੂਰ ਮੇਰੇ ਕੋਲ ਜ਼ਿਆਦਾ ਭਰਮਾਰ ਹੋ ਜਾਂਦੀ ਆ। ਪਰ ਹਾਂ ਜੀ, ਜਿਹੜੀ ਹਰਿਆਵਲ ਆ ਜਾਂ ਜਿਹੜੀ ਖੁਸ਼ੀ ਆ ਉਹਦਾ ਕੋਈ ਮੁੱਲ ਨਹੀਂ ਹੈ ਜੀ। ਆਹਾ ਕਿਹੜਾ ਬੂਟਾ ਭਾਅ ਜੀ ਇਹ? ਇਹ ਕ੍ਰਿਸਟਾ ਕਲੀ ਦਾ ਬੂਟਾ ਜੀ, ਇਹ ਫੁੱਲਾਂ ਵਾਲਾ ਬੂਟਾ ਹੁੰਦਾ, ਇਹ ਫੁੱਲਾਂ ਨਾਲ ਭਰ ਜਾਂਦਾ ਜੀ, ਸੀਜ਼ਨ 'ਚ 2 ਜਾਂ 3 ਬਾਰੇ ਫਲ ਦਿੰਦਾ, ਆਪਣਾ ਫੁੱਲ ਦਿੰਦਾ ਜੀ। ਅਤੇ ਇਹ ਬੜਾ ਵਧੀਆ ਸੋਹਣਾ ਦਰਖਤ ਆ, ਜਿੱਧਰ ਨੂੰ ਸੂਰਜ ਹੁੰਦਾ ਉੱਧਰ ਨੂੰ ਇਹਦੇ ਪੱਤੇ ਹੁੰਦੇ ਆ, ਸਵੇਰ ਨੂੰ ਚੜ੍ਹਦੀ ਵੱਲ, ਸ਼ਾਮ ਨੂੰ ਛਿਪਦੀ ਵੱਲ, ਅਤੇ ਜਿੱਥੇ ਸੂਰਜ ਹੋਊਗਾ ਉੱਧਰ ਨੂੰ ਪੱਤੇ ਹੁੰਦੇ ਆ, ਅਤੇ ਇਹਨੂੰ ਫੁੱਲ ਦੀਆਂ ਕਲੀਆਂ ਲੱਗਦੀਆਂ ਨੇ ਜੀ। ਕ੍ਰਿਸਟਾ ਕ੍ਰਿਸਟਾ ਕਲੀ।